ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਆ ਬੂਟੇ ਲੈ ਕੇ ਆਏ ਸੀਗੇ ਮੈਡਮ 60, ਪਟਵਾਰੀ ਮੈਡਮ ਸੀਗੇ, ਅਤੇ ਇਹ ਲਵਾ ਕੇ ਗਏ ਨੇ ਟੋਭੇ ਦੇ ਆਲੇ ਦੁਆਲੇ। ਆਹ ਬੂਟੇ ਭੇਜੇ ਸੀਗੇ ਗੋਬਿੰਦਗੜੋਂ ਕਿਸੇ ਵੀਰ ਨੇ, ਉਹਨਾਂ ਨੇ ਆਪਣੇ ਘਰੋਂ ਪਾਮ ਦੇ ਪੱਟੇ ਸੀਗੇ ਅਤੇ ਕਿਰਾਏ 'ਤੇ ਕਰਕੇ ਭੇਜਿਆ ਸਾਡੇ ਕੋਲ। ਵਿਚਾਰਿਆਂ ਨੇ ਖਰਚਾ ਕਰਿਆ, ਸਮਾਨ ਵੀ ਭੇਜਿਆ ਇਹਦੇ ਵਿੱਚ ਪਾਉਣ ਨੂੰ। ਗੋਬਿੰਦਗੜ੍ਹ 'ਤੇ ਕੋਈ ਪ੍ਰਾਪਰਟੀ ਡੀਲਰ ਨੇ ਵੀਰ ਉਹਨਾਂ ਨੇ ਭੇਜੇ ਸੀਗੇ। ਬਾਕੀ ਬਹੁਤ ਧੰਨਵਾਦੀ ਹਾਂ ਪਟਵਾਰੀ ਮੈਡਮ ਦੇ, ਜਿਹੜੇ 60 ਬੂਟੇ ਲਾ ਕੇ ਗਏ, ਆਪ ਨਾਲ ਲਵਾ ਕੇ ਗਏ। ਪਹਿਲੀ ਵਾਰ ਦੇਖਿਆ ਕੋਈ ਸਰਕਾਰੀ ਮੁਲਾਜ਼ਮ ਜਿਹੜਾ ਇੱਦਾਂ ਕੇਅਰ ਕਰਦਾ ਹੋਵੇ ਨਾ ਬੂਟਿਆਂ ਦੀ, ਅਤੇ ਨਾਲ ਆ ਕੇ ਲਵਾਵੇ। ਉਦੋਂ ਬਾਅਦ ਸਾਡੇ ਕੋਲ ਤਹਿਸੀਲਦਾਰ ਸਾਹਿਬ ਦੇਖਣ ਵੀ ਆਏ ਬੂਟੇ ਵੀ ਕਿੱਥੇ ਲਾਏ ਨੇ ਇਹਨਾਂ ਨੇ। ਟੋਭੇ ਦੇ ਆਲੇ ਦੁਆਲੇ ਲਾਏ ਸੀ ਉਹ 60 ਬੂਟੇ। ਪਹਿਲੀ ਵਾਰ ਕਿਸੇ ਅਫਸਰ ਨੂੰ ਦੇਖਿਆ ਵੀ ਇੱਦਾਂ ਕੇਅਰ ਕਰਦੇ ਨੂੰ, ਬਹੁਤ ਵਧੀਆ ਮਿਲਣਸਾਰ ਬੰਦੇ ਲੱਗੇ। ਨਹੀਂ, ਅਫਸਰ ਘੱਟੇ ਹੁੰਦੇ ਨੇ ਜਿਹੜੇ ਇੰਨੀ ਗੌਰ ਕਰਦੇ ਨੇ, ਅਤੇ ਆ ਕੇ ਉਹ ਦੇਖ ਕੇ ਗਏ ਵੀ ਹਾਂ ਇਹਨਾਂ ਨੇ ਲਾਏ ਨੇ ਕਿ ਨਹੀਂ। ਸੋਹਣਾ ਹੌਂਸਲਾ ਦੇ ਕੇ ਗਏ ਨੇ, ਵਧੀਆ ਬੰਦੇ ਲੱਗੇ, ਜਾਣੀ ਕਿ ਇੱਦਾਂ ਅਫਸਰ ਦੇਖਿਆ ਨਹੀਂ ਕਿਤੇ ਕੋਈ ਜਿਹੜਾ ਇੰਨੀ ਗੌਰ ਕਰੇ। ਆਹ ਬੂਟੇ 2 ਪਾਮ ਦੇ ਨੇ ਸੀਗੇ ਜਿਹੜੇ ਇਹ ਗਰਾਊਂਡ 'ਚ ਲਾਏ ਨੇ ਗੇਟ ਦੇ ਨਾਲ। ਬੂਟੇ ਵੀ ਬਹੁਤ ਵਧੀਆ ਨੇ ਜੇ ਚੱਲ ਪਏ ਪਰਮਾਤਮਾ ਦੀ ਕਿਰਪਾ ਨਾਲ। ਆਉਣ ਵਾਲੇ ਦਿਨਾਂ 'ਚ ਬਾਕੀ ਲਾ ਰਹੇ ਹਾਂ, ਹੁਣ ਮੀਂਹ ਰੁਕਿਆ ਹੋਇਆ ਅਤੇ ਆਪਣੀ ਭੱਠੇ ਵਾਲੀ ਜਗ੍ਹਾ ਲੋਟ ਹੋਣੇ ਵਾਲੀ ਹੋ ਆ, ਉਹ 'ਚ ਪਾਣੀ ਖੜ੍ਹਾ ਸੀਗਾ ਜਿਹੜਾ ਸੁੱਕ ਗਿਆ। ਕੱਲ੍ਹ ਦਾ ਦਿਨ ਛੱਡ ਕੇ ਪਰਸੋਂ ਨੂੰ ਉੱਥੇ ਟਰੈਕਟਰ ਚੱਲ ਪੈਣਗੇ, ਫਿਰ ਆਪਾਂ ਉੱਥੇ ਬਰੋਟੇ ਲਾਉਣੇ ਨੇ ਜਿਹੜੇ। ਉਹ ਬਰੋਟੇ ਵੀ ਇਹਨਾਂ ਨਹੀਂ ਦੇਣੇ ਨੇ, ਗੋਬਿੰਦਗੜ੍ਹ ਦੇ ਨੇ ਕੋਈ ਪ੍ਰਾਪਰਟੀ ਡੀਲਰ, ਇਹਨਾਂ ਨਹੀਂ ਕਰੇ ਨੇ ਬੁੱਕ, ਉਹ ਆਪਾਂ ਨੂੰ ਇਹਨਾਂ ਨੇ ਲਿਆ ਕੇ ਦੇਣੇ ਨੇ 6 ਫੁੱਟ ਤੋਂ ਬੜੇ। ਅਤੇ ਵਧੀਆ ਚੱਲ ਰਿਹਾ ਬੂਟਿਆਂ ਦਾ ਕੰਮ, ਕਰੋ ਕਿਰਪਾ, ਤੁਸੀਂ ਵੀ ਲਾਓ, ਮਾਰੋ ਜ਼ੋਰ ਜਿੰਨੇ ਕੁ ਲਾ ਸਕਦੇ ਹੋ। ਬਹੁਤ ਵਧੀਆ ਮੌਸਮ ਆ, ਬਾਕੀ ਸ਼ੇਅਰ ਕਰ ਦਿਆ ਕਰੋ ਵੀਡੀਓ, ਹੈ ਨਾ। ਜੇ ਵੀਡੀਓ ਸ਼ੇਅਰ ਕਰੋਗੇ ਫਿਰ ਥੋੜ੍ਹਾ ਜਿਹਾ ਹੌਂਸਲਾ ਮਿਲ ਜਾਂਦਾ ਯਾਰ। ਅਤੇ ਆਏ ਮੈਂ ਉੱਦਣ ਤਹਿਸੀਲਦਾਰ ਸਾਹਿਬ, ਅਤੇ ਵਧੀਆ ਰੌਣਕ ਲਾ ਕੇ ਰੱਖੀ ਆ ਵਿਚਾਰਿਆਂ ਨੇ, ਵਧੀਆ ਬੰਦੇ ਨੇ। ਕਹਿੰਦੇ ਕਹਿ ਕੇ ਗਏ ਨੇ ਵੀ ਜੇ ਕੋਈ ਕੰਮ ਹੁੰਦਾ ਦੱਸਿਆ ਕਰੋ, ਕੋਈ ਪ੍ਰੋਬਲਮ ਆਉਂਦੀ ਆ ਤੁਹਾਨੂੰ, ਪਰ ਬੂਟੇ ਸਾਂਭੋ ਕਹਿੰਦੇ ਜਿਹੜੇ ਲਾਏ ਹੋਏ ਨੇ ਨਾ ਤੁਸੀਂ, ਵੀ ਜਿਵੇਂ ਤੁਸੀਂ ਪਾਲਦੇ ਹੋ ਕੇਅਰ ਕਰਦੇ ਹੋ ਇੱਦਾਂ ਵੀ ਮਿਹਨਤ ਕਰਦੇ ਹੋ, ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਦੱਸਿਆ ਕਰੋ। ਬਹੁਤ ਵਧੀਆ ਸੁਭਾਅ ਲੱਗਿਆ ਇਹਨਾਂ ਦਾ ਵਿਚਾਰਿਆਂ ਦਾ। ਬਾਕੀ ਧੰਨਵਾਦ ਪਟਵਾਰੀ ਮੈਡਮ ਦਾ ਵੀ। ਚਲੋ ਓਕੇ ਆ ਜੀ, ਬਾਏ।